ਤੁਹਾਨੂੰ ਪਿਛਲੇ ਅਤੇ ਹੁਣ ਦੇ ਹਾਲਾਤ ਦਿਖਾਉਂਗਾ ਸਾਡੇ ਵੱਲ ਦੇ ਅਤੇ ਪਿੱਛੇ ਕਿੰਨਾ ਪਾਣੀ ਆ ਗਿਆ ਸੀ। ਆਹ ਦੇਖੋ ਤੁਸੀਂ ਕਿੰਨਾ ਪਾਣੀ ਚੱਲ ਰਿਹਾ ਹੈ ਅਤੇ ਇਹ ਨਦੀ ਟੁੱਟੀ ਹੋਈ ਅਤੇ ਹੁਣ ਇੱਥੇ ਬੰਨ ਲੱਗ ਗਿਆ। ਇਹ ਵੀ ਇਸ ਵੀਡੀਓ 'ਚ ਦਿਖਾਉਂਗਾ ਤੁਹਾਨੂੰ ਮੈਂ ਅਤੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਅਤੇ ਸਾਡੇ ਵੱਲ ਨੂੰ ਕਿੱਥੇ ਕਿੱਥੋਂ ਨਦੀ ਟੁੱਟ ਸੀ। ਆਹ ਦੇਖੋ ਇੱਕ ਸਾਨੂੰ ਨਦੀ ਟੁੱਟ ਗਈ ਸੀ ਅਤੇ ਪਿੰਡਾਂ 'ਚ ਪਾਣੀ ਵੜ ਗਿਆ ਸੀ। ਆਹ ਦੇਖੋ ਪਿੰਡ ਪੂਰੇ ਡੁੱਬ ਗਏ ਸੀ ਸਾਡੇ ਵਾਲੀ ਸਾਈਡ ਦੇ ਅਤੇ ਵੀਡੀਓ ਤੁਸੀਂ ਐਂਡ ਤੱਕ ਦੇਖਿਓ। ਆਹ ਤੁਸੀਂ ਦੇਖ ਲਓ ਸਾਹਮਣੇ ਇੱਥੇ ਵੀ ਪੂਰਾ ਸੜਕਾਂ ਪਰੋਂ ਪਾਣੀ ਟੱਪ ਰਿਹਾ ਤਾਂ ਅਤੇ ਹੁਣ ਦੇਖੋ ਹਰਿਆ ਭਰਿਆ ਹੋ ਗਿਆ ਪੂਰਾ ਪਾਣੀ ਦੇ ਉੱਤੇ। फिर थोड़ा उतर आना पानी फिर सड़क दिखा लग जानी जी। आते मैं सीधा सीधा रखी कित आले दुआले करता गड़म के सारे थले जाइए एक बार ना तुसी मेरी पुरानी वीडियो देखो तुसी आह तो जिथे असीं हुण पहुंचे हैं जो किन्ना इत्थे आ पाड़ पिया सी। ਤੁਸੀਂ ਹੁਣ ਦੀ ਵੀਡੀਓ ਦੇਖੋ ਤੁਸੀਂ ਆਹ ਤੇ ਕਿੰਨਾ ਇਧਰ ਨੂੰ ਪ੍ਰੋਜੈਕਟ ਲੱਗਿਆ ਇਹ ਉਹ ਸਾਹਮਣੇ ਕਿੱਦਾਂ ਇੱਥੇ ਜਿੱਦਾਂ ਕੈਨੇਡਾ ਵਿੱਚ ਨਾਗਰਾ ਫਾਲ ਜਿੱਦਾਂ ਬਣਿਆ ਸੀ पिछे पत्थर झाल बहुत पैन लगी पहला इन्नी झाल पैंदी नहीं पत्थर बनवा थले ना पानी थले होगा घूमता अकल कहने टाइम नाले आ जांदी फिर आखो जे पहला एडा पत्थर लग्या हुंदा कितने जंगी पत्थर पर कम चलिया। आ मिट्टी देखो किन्ना इत्थे पई होनी मिट्टी बहुत ज़्यादा हड़ गई थी दिन रात इत्थे आ चले आ जिहड़े ट्रैक्टर है ना दिन सानू होर अगे दिखाउंदे हुण क्या इत्थे देसी जुगाड़ करे इन्हां ने आ पुल लाया इत्थे देसी जुगाड़ बना के हाँ देसी जुगाड़ बनाए इन्हां ने आ देखो यार ਮੈਨੂੰ ਕਿਹਾ ਵੀ ਇਹ ਆ ਵੀ ਜਿਹੜਾ ਉੱਧਰਲਾ ਪਿੰਡ ਇੱਧਰ ਨਹੀਂ ਆ ਸਕਦਾ ਹਲੇ ਕਿਉਂਕਿ ਹਲੇ ਆ ਟੈਂਪਰੇਰੀ ਕੰਮ ਆ ਇਹ ਇਹਦੇ ਨਾਲ ਟਰੈਕਟਰ ਥੋੜ੍ਹੀ ਲੰਘ ਜੂਗਾ ਨਵੇਂ ਯਾਰ ਨਾ ਟਰੈਕਟਰ ਘੋੜੇ ਲੰਘਾਉਣੇ ਵਾਸਤੇ ਤਾਂ ਬੰਦੇ ਲੰਘਣੇ ਵਾਸਤੇ ਬੰਦੇ ਲੰਘਣ ਮਤਲਬ ਮੋਟਰਸਾਈਕਲ ਸੂਟ ਲੰਘ ਜੂਗਾ ਪਰ ਹੋਰ ਚੀਜ਼ ਨਹੀਂ ਲੰਘਣੀ ਹੈਗੀ ਕੋਈ ਭਾਈ ਤੂੰ ਆ ਦੇਖ ਪਾਣੀ ਨੇ ਦੁਬਾਰਾ ਪੱਟਤਾ ਨਹੀਂ ਪਾਣੀ ਨਹੀਂ ਪੱਟਿਆ ਹੈਗਾ ਨਵੇਂ ਇਹ ਮੈਨ ਮੇਡ ਆ ਲੋਕਾਂ ਨੇ ਪੱਟਿਆ ਇਹ ਹਾਂ ਇੰਨੀ ਗੱਪ ਵੀ ਨਹੀਂ ਮਾਰੀ ਦਿੰਦੀ ਆ ਮੈਨੂੰ ਕਿਤੇ ਮਿਊਜ਼ਿਕ ਲਾਉਣਾ ਪਵੇ ਆ ਦੇਖੋ ਹੁਣ ਨਾ ਤੁਹਾਨੂੰ ਇੱਕ ਡਰੋਨ ਦੁਆਰਾ ਵੀਡੀਓ ਦਿਖਾਈਏ ਵੀ ਅਸੀਂ ਇਹ ਨਹਿਰ ਕਿੱਥੇ ਜਾ ਕੇ ਮਿਲਦੀ ਆ ਆਹ ਤੁਸੀਂ ਦੇਖੋ ਇੱਕ ਸੈਟੇਲਾਈਟ ਥਰੂ ਪਿਕਚਰ ਇਹ ਵੀ ਕਿੱਥੇ ਜਾ ਕੇ ਮਿਲ ਰਹੀ ਹੈ ਆਹ ਤੁਸੀਂ ਦੇਖੋ ਤੇ ਆਹ ਹੈ ਦੂਜੀ ਸਾਈਡ ਤੇ ਨਹਿਰ ਆ ਜਿਹਦਾ ਗੱਭੇ ਆ ਸਾਨੂੰ ਨਦੀ ਆ ਜਿਹੜੀ ਸਾਨੂੰ ਮੈਂ ਤੁਹਾਨੂੰ ਦੂਜੀ ਸਾਨੂੰ ਵਧਾਊਂਗਾ ਇਹ ਸਾਨੂੰ ਨਦੀ ਅੱਗੇ ਨੂੰ ਵੱਧਦੀ ਜਾਂਦੀ ਫਿਰ ਆਹ ਤੇ ਅੱਗੇ ਜਾ ਕੇ ਨਾ ਇਹ ਜਿਹੜੀ ਨਦੀ ਹੈ ਜਿਹਦਾ ਪਿਛਲੀ ਵਾਰ ਦੇਖ ਲੈਣਾ ਦੱਸਿਆ ਤਾਂ ਮੈਂ ਕਈ ਵਾਰ ਤੇ ਇਹ ਜਾ ਕੇ ਨਾ ਸਤਲੁਜ ਦਰਿਆ 'ਚ ਮਿਲਦੀ ਜਾ ਕੇ ਇਹ ਦੇਖੋ ਅੱਜ ਥੱਲੇ ਆ ਸਤਲੁਜ ਦਰਿਆ ਆ ਜਾਂਦਾ ਤੇ ਇਹ ਜਾ ਕੇ ਸਤਲੁਜ ਦਰਿਆ 'ਚ ਮਿਲ ਜਾਂਦੀ ਫਿਰ ਇਹ ਪੁਲ ਜਿਹੜਾ ਥੱਲੇ ਨੂੰ ਪਾਣੀ ਕੱਢਿਆ ਨਹਿਰ ਦੇ ਆਹ ਤੁਹਾਨੂੰ ਦਿਖਾਉਂਦੇ ਨੇ ਅੱਗੇ ਜਾ ਕੇ ਦਿਖਾਉਂਦੇ ਚੀਜ਼ ਇਹ
ਚਲੋ ਪਾਣੀ ਦੇਖੀ ਜਾ ਕੇ ਅੱਗੇ ਜਿਹੜਾ ਪਾਣੀ ਚੱਲਿਆ ਪਾਣੀ ਸਾਫ਼ ਆ ਰਿਹਾ ਯਾਰ ਇਹ ਫਿਲਟਰ ਹੋ ਗਿਆ ਆ ਦੇਖੋ ਉੱਧਰ ਪਾਣੀ ਚੱਲਦਾ ਹੈ ਇਹ ਪਾਣੀ ਸਾਫ਼ ਆ ਰਿਹਾ ਨੇ ਇਹ ਪੂਰਾ ਜ਼ੋਰਾਂ ਜਨਰੇਟਰ ਲੱਗਿਆ ਦਿਨ ਰਾਤ ਕੰਮ ਚੱਲਿਆ ਇੱਥੇ ਪੂਰਾ ਅੱਜ 40 ਕੁ ਦਿਨ ਹੋ ਗਏ ਪੂਰੇ 40-42 ਦਿਨ ਹੋ ਗਏ ਅੱਜ ਇੰਨੇ ਦਿਨਾਂ ਵਿੱਚ ਆਹ ਚੀਜ਼ ਭਰੀ ਹੋਈ ਇੱਥੇ ਇੰਨੇ ਮਜ਼ਦੂਰਾਂ ਨੇ ਕੰਮ ਕਰਿਆ ਇੱਥੇ ਉਹ ਉੱਪਰ ਚੱਲਦੇ ਇੱਥੇ ਹਾਲੇ ਵੀ ਜਿਹੜਾ ਉਹ ਮਾਰਗ ਹੈ ਨਾ ਉਹ ਬੰਦ ਆ ਉਹਦਾ ਕਿਤੇ ਪਾੜ ਪਈ ਹੋਈ ਹੈ ਸਾਡੇ ਕਿਹਨੂੰ ਟ੍ਰੈਫਿਕ ਹੋਈ ਸਾਰੀ ਆਹ ਯਾਰ ਤੁਸੀਂ ਸਾਹਮਣੇ ਦੇਖ ਰਹੇ ਨਾ ਆਹ ਸਾਰੀ ਟ੍ਰੈਫਿਕ ਸਾਡੇ ਵੱਲ ਨੂੰ ਹੋਈ ਹੋਈ ਹੈ ਇਹ ਆਹ ਪਾਣੀ ਤਾਂ ਐਂ ਲੱਗ ਰਿਹਾ ਜਿੱਦਾਂ ਟੋਭੇ ਵਾਲਾ ਪਾਣੀ ਹੁੰਦਾ ਨਾ ਉੱਦਾਂ ਦੀ ਸਮੈਲਿੰਗ ਵੀ ਆ ਰਹੀ ਹੈ ਇਹਦੇ ਵੀ ਸੰਦੇ ਖਤਰਾ ਹੁੰਦਾ ਉਹ ਦੇਖੋ ਤਾਂ ਟੋਭੇ ਦਾ ਵੀ ਪਾਣੀ ਹੈ ਕਿਸੇ ਜੇ ਕਿਤੇ ਇੱਥੇ ਨੂੰ ਆਹ ਨਦੀ ਨਾ ਟੁੱਟਦੀ ਨਾ ਇੱਥੇ ਨੂੰ ਆਹ ਵੀ ਇਹਦੇ ਵਿੱਚ ਨੂੰ ਨਾ ਪੈਂਦੀ ਨਾ ਇਹ ਤਾਂ ਇੱਧਰ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਇੱਧਰ ਨੂੰ ਕਈ ਪਿੰਡ ਤਬਾਹ ਜਿਹਨੂੰ ਘੱਟੋ ਘੱਟ ਵੀ 5-6 ਪਿੰਡ ਪੈਂਦੇ ਸਾਰੇ ਪਿੰਡ ਪਾਣੀ 'ਚ ਰੁੜ ਜਾਣੇ ਸੀ ਕਿਵੇਂ ਆ ਜੀ ਵੀ ਸਾਰੇ ਪਿੰਡ ਦਾ ਇੰਨਾ ਨੁਕਸਾਨ ਹੋਣਾ ਜੇ ਇੱਧਰ ਨਾ ਟੁੱਟਦੀ ਇਹ ਹੁਣ ਤਾਂ ਇੱਥੇ ਨਾ ਪੱਤੇ ਜੋੜ ਲਾਉਣ ਲੱਗੇ ਹੋਏ ਆ ਵੈਸੇ ਹੁਣ ਸਾਨੂੰ ਵੀ ਅਸੀਂ ਵੀ ਇਹ ਚਾਹੁੰਦੇ ਵੀ ਸਾਡੇ ਕਿ ਨਹੀਂ ਵੀ ਇਹ ਜਿਹੜੇ ਆ ਬੰਨ ਨਾ ਪੱਤੇ ਕਿੱਥੇ ਜਾਣ ਇਹ ਸਾਨੂੰ ਬੰਨ ਅਤੇ ਉਹ ਪਿਛਲੇ ਪਾਸੇ ਬੰਨ ਇਹ ਪੱਕੇ ਹੋਣੇ ਚਾਹੀਦੇ ਉਹ ਸਾਹਮਣੇ ਇੰਨਾ ਉੱਚਾ ਦੇਖੋ ਇੱਥੇ ਆਹ ਬੰਨ ਨਾਲੇ ਟਰੈਕਟਰ ਕਿੰਨੇ ਕਿੰਨਾ ਕੁ ਲੱਗਦਾ ਛੋਟਾ ਜਿਹਾ ਖੜ੍ਹਾ ਇੱਥੇ ਅਤੇ ਇਹ ਨਾ ਤੁਹਾਨੂੰ ਹੋਰ ਚੀਜ਼ ਦੱਸਦਾ ਵੀ ਜਿੱਥੇ ਆ ਹੁਣ ਪਾਣੀ ਆ ਬਰਾਬਰ ਚੱਲ ਰਿਹਾ ਜਿਹੜੀ ਆ ਨਹਿਰ ਨਾ ਉੱਧਰ ਜਾ ਰਹੀ ਹੈ ਅਤੇ ਆਹ ਦੇਖੋ ਇੱਧਰ ਨੂੰ ਆਹ ਅਤੇ ਇਹ ਸਤਲੁਜ ਦਰਿਆ ਤੋਂ ਆ ਰਹੀ ਹੈ ਇਹ ਜਿਹੜੀ ਨਹਿਰ ਹੈ ਨਾ ਆਹ ਤੁਸੀਂ ਦੇਖੋ ਸਤਲੁਜ ਦਰਿਆ ਵਾਲੀ ਵੀਡੀਓ ਦੇਖੋ ਤੁਸੀਂ ਉੱਥੋਂ ਨਹਿਰ ਇੱਧਰ ਨੂੰ ਆ ਰਹੀ ਹੈ ਸਾਡੇ ਪਿੰਡ ਵੱਲ ਨੂੰ ਘੁੰਮ ਕੇ ਉੱਪਰ ਦੀ ਇਹ ਅਤੇ ਤੁਹਾਨੂੰ ਹੋਰ ਚੀਜ਼ ਦੱਸਦਾ ਮੈਂ ਵੀ ਜਿਹੜੀ ਆਹ ਇੱਥੋਂ ਨੂੰ ਆਹ ਪਿਆ ਹੋਇਆ ਨਾ ਵੀ ਇੱਥੋਂ ਨੂੰ ਆਹ ਪਾਣੀ ਇੱਥੋਂ ਨੂੰ ਸਾਡੇ ਇੱਧਰ ਜਿੰਨੇ ਵੀ ਸਾਡੇ ਇਲਾਕੇ ਦੇ ਨੂੰ ਇੱਥੇ ਆ ਕੇ ਮੱਥਾ ਟੇਕਦੇ ਹੁੰਦੇ ਸੀ ਆਹ ਜੇ ਉਹ ਮਾਰਾ ਜਿਹਾ ਇੱਥੋਂ ਹੀ ਨਹੀਂ ਤੋੜੀ ਫਿਰ ਇਹ ਇੱਧਰ ਬਜ਼ੁਰਗ ਆ ਗਏ ਨੇ ਹਾਂ ਥੋੜ੍ਹੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਇੱਥੇ ਲੋਕ ਆ ਕੇ ਮੱਥਾ ਟੇਕਦੇ ਹੁੰਦੇ ਤੇ ਆਪਣੇ ਇੱਧਰ ਇਲਾਕੇ ਦੇ ਅਤੇ ਇੱਥੇ ਨੂੰ ਹੈਗਾ ਆ ਜਾ ਕੇ ਇੱਥੇ ਟੁੱਟ ਦੇਵੇ ਇੱਥੇ ਮਹਾਰਾਜ ਨੇ ਇੱਥੇ ਨੂੰ ਤੋੜ ਦੇਵੇ ਇੱਥੇ ਮੱਥਾ ਟੇਕਦੇ ਹਾਂ ਇੱਥੇ ਟੇਕ ਦਿੰਦੇ ਨੇ ਮੱਥਾ ਆ ਕੇ ਹਾਂ ਇੱਥੇ ਜਾ ਕੇ ਮੱਥਾ ਹਾਂ ਇੱਥੇ ਮੱਥਾ ਟੇਕਦੇ ਹੁੰਦੇ ਤੇ ਉਤਰ ਕੇ ਹਾਂ ਇੱਥੇ ਨੂੰ ਆਇਆ ਹੁੰਦੇ ਹੁੰਦੇ ਸੀ ਨੇੜੇ ਨੇੜੇ ਨਾ ਮੈਂ ਕਿਹਾ ਉੱਧਰ ਨੂੰ ਥੈੜ ਨੂੰ ਹੋਣਾ ਚਲੋ ਆਹੀ ਜਗ੍ਹਾ ਤੇ ਆ ਕਰਕੇ ਬਾੜ ਇੱਥੇ ਗਰਾਊਂਡ ਸਾਂਭ ਲਿਓ ਹੁਣ ਇਹਨੂੰ ਕਰਾ ਕੇ ਪੱਕਾ ਇੱਥੇ ਝੱਲੀਆਂ ਮਾਲਾ ਸੁਰਤਾਪੁਰ ਭੈਣੀ ਇਹ ਸਾਰੇ ਆਪਣੇ ਹੜਨੇ ਤੇ ਇਹ ਹੜਨੇ ਤੇ ਕਿਉਂ ਇੰਨਾ ਪਾਣੀ ਜਾਣਾ ਤਾਂ ਅੱਗੇ ਪਤਾ ਕਿਆ ਤਾ ਦਰਿਆ ਚੜਿਆ ਵਾ ਤਾ ਪਾਣੀ ਨਾ ਪਿੱਛੇ ਆਉਣਾ ਤਾ ਮਿੱਟੀ ਆਪਣੇ ਪਿੰਡਾਂ 'ਚ ਆਪਣੇ ਜਿੰਨੀ ਜ਼ਮੀਨ ਤੇ ਇਹਦੇ ਮਾਂ ਮਿੱਟੀ ਆ ਕੇ ਵਿੱਚ ਪੈਣੀ ਜਿਹੜਾ ਆਹ ਚੀਜ਼ ਆ ਇੱਥੇ ਆ ਕੇ ਪਾਣੀ ਰੁਕਣਾ ਤਾ ਇੱਥੇ ਆ ਪਾਣੀ ਰੁਕਣਾ ਤਾ ਇਹ ਨਵੀਂ ਇਹ ਨੀਵੀਂ ਜਗ੍ਹਾ ਹੈ ਉੱਧਰ ਨਾਲੋਂ ਖਾਸੀ ਨੀਵੀਂ ਆ ਹਾਂਜੀ ਹਾਂ ਹੁਣ ਵੀ ਇੱਥੇ ਚਾਹੀਦਾ ਸੀ ਇਹ ਤਾਂ ਹੁਣ ਪਹਿਲਾਂ ਆਹ ਤਾਂ ਇੱਥੇ ਪੱਕਾ ਹੋਣ ਦਿੰਦੇ ਇਹਨੂੰ ਜੇ ਆਪਾਂ ਅੜਦੇ ਨਾ ਥੋੜ੍ਹਾ ਜਿਹਾ ਵੀ ਆਹ ਬੰਨ ਸਿਰੇ ਤੱਕ ਦੋਨੇ ਪੱਕੇ ਕਰੋ ਜੇ ਥੋੜ੍ਹਾ ਆਪਾਂ ਅੜਦੇ ਨਾ ਇੱਥੇ ਵੀ ਹੁਣ ਚਲੋ ਗੌਰਮੈਂਟ ਦੀ ਆਪਣੀ ਪੋਲਸੀਆਂ ਹੁੰਦੀਆਂ ਹੁਣ ਵੀ ਆਹ ਜਿਹੜਾ ਪਾਣੀ ਚੱਲ ਰਿਹਾ ਜੀ ਤੁਸੀਂ ਕਹਿੰਦੇ ਪਾਣੀ ਬਹੁਤ ਜ਼ਿਆਦਾ ਛੱਡਿਆ ਇਹ ਪਾਣੀ ਦੀ ਡਿਮਾਂਡ ਆਈ ਉੱਧਰ ਜੇ ਉੱਧਰ ਨੂੰ ਪਾਣੀ ਦੀ ਡਿਮਾਂਡ ਆ ਮੈਂ ਤੁਸੀਂ ਕੱਲ੍ਹ ਮੈਂ ਜਾ ਕੇ ਆਇਆ ਤਾਂ ਭਾਖੜੇ ਡੈਮ ਪਰ ਨਾ ਇੱਥੇ ਸਤਲੁਜ ਦਰਿਆ ਪਰ ਮੈਂ ਕਿਹਾ ਤੁਸੀਂ ਪਾਣੀ ਜ਼ਿਆਦਾ ਛੱਡਿਆ ਇੱਧਰ ਨੂੰ ਕਹਿੰਦੇ ਉੱਧਰ ਪਾਣੀ ਮੰਗ ਰਹੇ ਵੀ ਖੇਤਾਂ ਨੂੰ ਪਾਣੀ ਚਾਹੀਦਾ ਇਹ ਗਾਹਾਂ ਜਿਹੜਾ ਉੱਧਰ ਨੂੰ ਆਪਣੇ ਜਾਂਦਾ ਇਹ ਦਰਾਹੇ ਦੇ ਵੱਲ ਪਿੰਡਾਂ ਪਿੰਡ ਉਹ ਜਾ ਕੇ ਪਿੰਡਾਂ ਪਿੰਡ ਜਾ ਕੇ ਮਿਲਦਾ ਵਾ ਹਾਂ 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 ਹਾਂ
ਮੀਂਹ ਤਾਂ ਪਿਆ ਹੀ ਨਹੀਂ ਸਾਲੀ ਹੁੰਮਸ ਹੀ ਹੁੰਮਸ ਜੀ ਹੋ ਜਾਂਦੀ ਮੀਂਹ ਪੈਂਦਾ ਨੀ ਹੈਗਾ ਕੱਪੜੇ ਭਿਉਂ ਜਾ ਉਹਦੇ ਬਾਅਦ ਸਾਲੀ ਮੌਸਮ ਬਹੁਤ ਗਰਮ ਹੋ ਜਾਂਦਾ ਜੀ ਕੱਲ ਮੈਂ ਨਾ ਇੱਥੇ ਸੋਲਖੀਆਂ ਮੱਥਾ ਟੇਕਣ ਗਿਆ ਜੀ ਗੁਰਦੁਆਰੇ ਦੇ ਵਿੱਚ ਇੱਥੇ ਹਾਂ ਬਰਾਬਰ ਹੀ ਕਰਨਗੇ ਜੀ ਇੱਦਾਂ ਮੈਂ ਨਾ ਤੁਹਾਨੂੰ ਕੱਲ ਮੈਂ ਸੋਲਖੀਆਂ ਗੁਰਦੁਆਰੇ ਮੱਥਾ ਟੇਕਣ ਗਿਆ ਦਿਨ ਦਾ ਟਾਈਮ ਨਾ 2 ਵਜੇ ਦਾ ਉਹ ਮੈਂ ਚੱਪਲਾਂ ਖੋਲ੍ਹਾਂ ਗੱਡੀ 'ਚ ਰੱਖਦੀ ਗੱਡੀ ਦੇ ਵਿੱਚ ਜੁੱਤੀ ਅਤੇ ਜਦੋਂ ਮੈਂ ਧਰਤੀ 'ਤੇ ਪੈਰ ਰੱਖਿਆ ਇੰਨੀ ਗਰਮ ਮੈਂ ਮੈਂ ਕਹਿੰਦਾ ਮੈਂ ਤਾਂ ਥੋੜ੍ਹੀ ਤੋਂ ਇੰਨੇ ਦੂਰ ਤੁਰ ਕੇ ਮਸੀ ਗਿਆ ਇੰਨੀ ਧਰਤੀ ਗਰਮ ਹੋਈ ਹੋਈ ਤੀ ਇਹਦਾ ਹਾਲੇ ਮੈਂ ਕਹਿੰਦਾ ਜੇਕਰ ਸਾਫ਼ ਹੋ ਜਾਵੇ ਉੱਪਰ ਦੇ ਮੌਸਮ ਧੁੱਪਾਂ ਸਿੱਧੀ ਪੈਣ ਲੱਗ ਜਾਵੇ ਤਾਂ ਉਹ ਦੇਖੀ ਉਹ ਦੇਖਿਓ ਭਾਈ ਹੱਥ ਪਾ ਕੇ ਜੀ ਅੱਛਾ ਸੋਚ ਨੀ ਪਹਿਲਾਂ ਆਓ ਚੱਲੀ ਨਵੇਂ ਫਿਰ ਆਓ ਚੱਲੀਏ ਇਹ ਜਿਹੜੇ ਬਜ਼ੁਰਗ ਸੀ ਇੱਥੇ ਲੱਗ ਗਏ ਤਾਂ ਅੱਗੇ ਦੇ ਬਜ਼ੁਰਗਾਂ ਨੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਤੇ ਇੱਥੇ ਵੀ ਇੰਨੀ ਕੁ ਮਿੱਟੀ ਸਾਡੀ ਸਾਡੇ ਨੂੰ ਭਰ ਜਾਣੀ ਤੇ ਵੀ ਮੈਂ ਕਹਿੰਦਾ ਲੱਕ ਲੱਕ ਖਾਣ ਵੀ ਇੰਨਾ ਪਿੱਛੋਂ ਪਾਣੀ ਤੇਜ਼ ਆ ਰਿਹਾ ਜੇ ਕਿਤੇ ਇੱਥੇ ਨੂੰ ਆਹ ਟੁੱਟ ਕੇ ਆਹ ਟੁੱਟ ਕੇ ਨਾ ਇੱਥੇ ਨੂੰ ਐਂ ਟੁੱਟ ਕੇ ਇੱਧਰ ਨੂੰ ਨਾ ਆਉਂਦਾ ਪਾਣੀ ਇਹ ਹਾਂ ਦੇਖ ਲਓ ਇੱਥੇ ਜਿੱਥੇ ਹੁਣ ਅਸੀਂ ਖੜ੍ਹੇ ਹਾਂ ਵੀ ਕਿੰਨਾ ਪਾਣੀ ਨਾਲ ਆਹ ਕੰਧ ਵੀ ਹਿਲਾ ਕੇ ਰੱਖਤੀ ਆ ਇਹਦੇ ਨਾਲ ਆਹ ਸਿੱਧੀ ਤੀ ਆਏ ਆਹ ਮੈਂ ਤੰਨੇ ਪਿੱਛੇ ਮੜ ਜਾ ਆਹ ਸਿੱਧੀ ਤੀ ਇਹ ਆਏ ਦੀ ਇਹ ਥੋੜ੍ਹੀ ਡਾਇਰੈਕਸ਼ਨ ਇੱਧਰ ਨੂੰ ਕਰਕੇ ਰੱਖਤੀ ਹਾਂਜੀ ਕੀ ਕਹਿੰਦਾ ਕਲੀ ਜੀ ਲੱਗੀ ਵਿੱਚ ਦੇਖ ਲਾ ਇੰਨੀ ਮਜ਼ਬੂਤੀ ਨਾਲ ਹਾਂ ਹੁਣ ਕਿੰਨਾ ਇੱਥੇ ਆ ਭਰਿਆ ਆਹ ਪੁਲ ਭਰ ਆ ਗਿਆ ਸੀ ਆਹ ਤੇ ਆਹ ਥੱਲੇ ਪਾਣੀ ਚੱਲ ਰਿਹਾ ਅਤੇ ਆਹ ਦੇਖੋ ਕਿੰਨਾ ਵਧੀਆ ਅੰਗਰੇਜ਼ਾਂ ਦੇ ਟਾਈਮ ਦਾ ਜਿਹੜਾ ਪੁਲ ਬਣਿਆ ਦੇਖੋ ਕਿੱਦਾਂ ਪੱਥਰ ਘੜ ਘੜ ਕੇ ਬਣਿਆ ਕਿੰਨੀ ਮਜ਼ਬੂਤ ਬਣਿਆ ਹੋਇਆ ਇਹ ਸਾਈਡ ਪੱਥਰ ਦਾ ਬਣਾਇਆ ਉਹਨਾਂ ਨੇ ਵੀ ਪੱਥਰ ਲਾਇਆ ਉਹ ਸਾਈਡ ਨਾ ਦੂਜੀ ਉਹ ਲੱਗੀ ਹੋਈ ਹੈ ਝੱਲ ਪਾ ਲੋਹੇ ਦੀ ਆਹ ਇਹ ਸਾਈਡ ਹੁਣ ਇਹਨਾਂ ਨੂੰ ਉਹ ਸਾਈਡ ਵੀ ਪੱਕੀ ਕਰਨੀ ਅਗਲੇ ਸਾਲ ਉੱਧਰ ਨੂੰ ਟੁੱਟ ਜੂਗਾ ਮੈਂ ਅਗਲੇ ਸਾਲ ਉੱਧਰ ਨੂੰ ਟੁੱਟ ਜੂਗਾ ਇਹਦਾ ਅਸੀਂ ਕਰਦੇ ਰਹਿਣਗੇ ਲਾ ਜੀ ਇੱਕ ਵਾਰ ਤੁਹਾਨੂੰ ਡਰਾਉਨ ਸ਼ੋਟ ਦਿਖਾਈਏ ਇੱਥੋਂ ਜਦੋਂ ਪਾਣੀ ਆਉਂਦਾ ਇੰਨਾ ਪਾਣੀ ਆਇਆ ਇੱਥੇ ਆਹ ਤੁਸੀਂ ਦੇਖੋ ਡਰਾਉਨ ਸ਼ੋਟ ਇੱਥੋਂ ਆਹ ਸਾਹਮਣੇ ਅਸੀਂ ਡਾਟਾਂ ਦੇ ਉੱਪਰ ਖੜ੍ਹੇ ਜਿੱਥੇ ਤੇ ਆ ਵੀਡੀਓ ਬਣਾ ਅਸੀਂ ਬਣਾ ਰਹੇ ਡਰਾਉਨ ਸ਼ੋਟ ਦੇ ਨਾਲ ਸਾਹਮਣੇ ਡਾਟਾਂ ਪਰ ਖੜ੍ਹੇ ਆ ਇਹ ਮੇਰੀ ਪਿਛਲੀ ਵੀਡੀਓ ਜਿਹੜੀ ਡਰਾਉਨ ਵੀਡੀਓ ਬਣਾਈ ਤੀ ਇਹ ਆਪਣੇ ਕਰਮਨ ਗਰੇਵਾਲ ਨੇ ਆਪਣੇ ਸੌਂਗ 'ਚ ਪਾ ਲਈ ਚੱਕ ਕੇ ਵੀਡੀਓ ਇਹ ਅਤੇ ਬੱਬੂ ਮਾਂ ਨੇ ਆਪਣੇ ਸੌਂਗ 'ਚ ਲਾਏ ਜਿਹੜੇ ਡਰਾਉਨ ਸ਼ੋਟ ਹੈ ਅਤੇ ਮੈਨੂੰ ਬਹੁਤ ਮੈਸੇਜ ਟੈਲੀਫੋਨ ਵੀਰੇ ਕਹਿੰਦੇ ਉਹਨਾਂ ਕਾਪੀ ਰਾਈਟ ਸਟ੍ਰਾਈਕ ਵਾਲਾ ਮੈਂ ਚੱਲ ਕੋਈ ਗੱਲ ਨਹੀਂ ਕੋਈ ਐਡੀ ਬੜੀ ਚੀਜ਼ ਨਹੀਂ ਸੀ ਕਿਹੜੇ ਕੋਈ ਚਲੋ ਛੱਡੋ ਇਹ ਚੀਜ਼ਾਂ ਅਤੇ ਆਹ ਸਾਹਮਣੇ ਦੇਖੋ ਤੁਸੀਂ ਜਿਹੜੀ ਨਦੀ ਇਹ ਸਿੱਧੀ ਜਲਦੀ ਸਾਹਮਣੇ ਪੁਲ ਲੱਗਿਆ ਹੋਇਆ ਅਤੇ ਥੱਲੇ ਨੂੰ ਨਹਿਰ ਲੰਘਦੀ ਹੈ ਇਹ ਮੇਰੀ ਡਰਾਉਨ ਵੀਡੀਓ ਹੈ ਅਤੇ ਬਹੁਤ ਤੁਸੀਂ ਪ੍ਰੇਮ ਦਿੱਤਾ ਤਾ ਇਸ ਵੀਡੀਓ ਨੂੰ ਵੀ ਪਿਛਲੀ ਨੂੰ ਮੇਰੇ ਨੂੰ ਦੇਖੋ ਜੇ ਦੁੱਖ ਵੀ ਆਇਆ ਅਤੇ ਨਾਲ ਇੱਥੇ ਆਹ ਕੰਮ ਕਰ ਕਰਕੇ ਇੱਥੇ ਹੁਣ ਸੁੱਖ ਵੀ ਆਉਣਾ ਇਹ ਸੁੱਖ ਦੁੱਖ ਚੱਲਦੇ ਰਹਿੰਦੇ ਆ ਇਹ ਕਿੰਨਾ ਵਿੱਚ ਗੇਰਿਆ ਹੋਇਆ ਇੱਥੇ ਆ ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਹੜੀ ਆਹ ਨਦੀ ਕਿੱਥੇ ਤੋਂ ਪਿੱਛੇ ਜੇ ਆਹ ਇੱਥੋਂ ਨਾ ਟੁੱਟਦੀ ਕਿੱਥੇ ਕਿੱਥੋਂ ਟੁੱਟੀ ਅੱਗੇ ਆਹ ਤੁਸੀਂ ਦੇਖੋ ਵੀ ਇਹ ਕਿੱਥੇ ਕਿੱਥੋਂ ਟੁੱਟੀ ਆ ਇਹ ਵੀ ਇੰਨਾ ਨਦੀ 'ਚ ਪਾਣੀ ਚੱਲਦਾ ਤਾ ਆਹ ਪਾਇਆ ਢੱਕ ਇੱਧਰ ਫਿਰ ਇੱਕ ਆਹ ਪਿਆ ਹੋਇਆ ਇੱਕ ਉਹ ਪੈ ਗਿਆ ਪਰ 2% ਟੁੱਟ ਗਈ ਇੱਥੇ ਇੱਥੋਂ ਟੁੱਟ ਕੇ ਆਏ ਜੀ ਪਾਣੀ ਘੁੰਮ ਗਿਆ ਇੱਧਰ ਨੂੰ ਆਏ ਜੀ ਆਹ ਤਾਂ ਇੱਕ ਸਾਹਮਣੇ ਨੂੰ ਗਰਾਊਂਡ ਤਰ੍ਹਾਂ ਦਾ ਹੀ ਬਣ ਗਿਆ ਜਿੱਦਾਂ ਐਂ ਲੱਗਦਾ ਜਿੱਦਾਂ ਕੋਈ ਗਰਾਊਂਡ ਬਣਦਾ ਹੁੰਦਾ ਜੇ ਕਿਤੇ ਇਹ ਪਹਿਲਾਂ ਸੋਚਿਆ ਹੁੰਦੀ ਸਾਡੀ ਸਰਕਾਰਾਂ ਨੇ ਵੀ ਇੰਨਾ ਪਾਣੀ ਆ ਸਕਦਾ ਠੀਕ ਹੈ ਕਈ ਬੰਦੇ ਸੋਚਦੇ ਹੁਣ ਚੱਲ ਮੀਂਹ ਨਹੀਂ ਪੈਣਾ ਹੈਗਾ ਅਤੇ ਪਹਿਲਾਂ ਇਹ ਕਰਿਆ ਹੁੰਦਾ ਇੰਨਾ ਨੁਕਸਾਨ ਨਾ ਹੁੰਦਾ ਹੁਣ ਵੀ ਜੇ ਮੀਂਹ ਆ ਜਾਵੇ ਸਾਡੀ ਸਾਨੂੰ ਜਿਹੜੇ ਬੰਨ ਕੱਚੇ ਹੀ ਆ ਹੈ ਤੈਨੇ ਮੈਂ ਜੇ ਭਰ ਕੇ ਪੈਂਦਾ ਮੀਂਹ ਮੈਂ ਕਿਹਾ ਇਹ ਸਾਈਡ ਨੂੰ ਜਿਹੜੇ ਬੰਨ ਸਾਡੇ ਕੱਚੇ ਕਦੇ ਵੀ ਟੁੱਟ ਸਕਦੇ ਇਹ ਅਤੇ ਫਿਰ ਸਾਡੇ ਵਾਲੇ ਸਾਈਡ ਸਾਡਾ ਪਿੰਡ ਤਾਂ ਦੇਖਣੇ ਵੀ ਲੱਖ ਲੱਖ ਥਾਂ ਨਿਵੇਂ ਨਿਵੇਂ ਥਾਂ ਮਿੱਟੀ ਚੜੂ ਪਰ ਮਹਾਰਾਜ ਦੀ ਕਿਰਪਾ ਰਹੀ ਕਦੇ ਹੋਇਆ ਨਹੀਂ ਹੈਗਾ ਇੰਨਾ ਜੇ ਹੋ ਜਾਓ ਆਪਾਂ ਤਾਂ ਬੰਬ ਪਰ ਬੈਠੇ ਅਸੀਂ ਤਾਂ ਬੰਬ ਪਰ ਬੈਠੇ ਬੰਬ ਪਰ ਇੱਕ ਤੁਹਾਨੂੰ ਆਹ ਸੈਟੇਲਾਈਟ ਥਰੂ ਦਿਖਾਉਂਦਾ ਮੈਂ ਵੀ ਸਾਡੇ ਉਹ ਕਿੱਦਾਂ ਸਾਡੇ ਪਿੰਡ ਜਿਹੜੇ ਗੱਬੇ ਆ ਜੇ ਕਿਤੇ ਇੱਥੇ ਨੂੰ ਟੁੱਟ ਜਾਵੇ ਨਾ ਨਦੀ ਆਹ ਤੁਸੀਂ ਦੇਖੋ ਸੈਟੇਲਾਈਟ ਥਰੂ ਤੁਹਾਨੂੰ ਦਿਖਾਉਂਦਾ ਮੈਂ ਇੱਥੇ ਅਸੀਂ ਖੜ੍ਹੇ ਹਾਂ ਜਿੱਥੇ ਮੌਸਮ ਦਿਖਾ ਰਹੇ ਤੀਰ ਦਾ ਨਿਸ਼ਾਨ ਇੱਥੇ ਅਸੀਂ ਖੜ੍ਹੇ ਹਾਂ ਅਤੇ ਆਹ ਤੁਹਾਨੂੰ ਦਿਖਾਉਂਦਾ ਮੈਂ ਆਹ ਨਦੀ ਅੱਗੇ ਨੂੰ ਵੱਧ ਰਹੀ ਹੈ ਹੋਰ ਥੋੜ੍ਹਾ ਛੋਟਾ ਕਰਦਾ ਮੈਂ ਅਤੇ ਆਹ ਤੁਹਾਨੂੰ ਦਿਖਾਉਂਦਾ ਵੀ ਕਿੱਥੇ ਸਾਡੇ ਅਸੀਂ ਤਾਂ ਐਨ ਪੂਰਾ ਗੱਬੇ ਬੈਠੇ ਹਾਂ ਇੱਕ ਸਾਈਡ ਨਹਿਰ ਚੱਲਦੀ ਹੈ
एक साइड एक नदी है देखो तो होर छोटा कर थोड़ा थान तां समझ लगना थानू थोड़ा जिहा स्पीड घट नैट दी तां करके ये नहीं तो नाल दी नाल हो जाना सी थोड़ा होर दूर दूर उपर दिखाउंदा थानू फिर तां समझ लगनी वी असीं किद्दां ऐन गब्बे बैठे पानी दे देखो एक ऐ साइड ते नदी चल रही है ठीक है तो थले दरिया चलता थले दरिया चलता तो थानू दिखाउंदा दरिया वाली साइड नू भी तो आखो इतने साढ़े पिंड आह पिंड थोड़ा बड़ा करता फिर तुम इदा नहीं पता लगना आह नहर चलती इधर आह तो इतनों आन असं गब्बे हैं एन आ देखो आने पिछे आ दिखा सू इधर आह दरिया है साइड पर जो दिखाया तो मैं होर थोड़ा पिछे कर आह दरिया है तो असं एन गब्बे हैं एक साइड दरिया एक साइड नहर दो साइड नदियाँ तो हम थोड़ा बड़ा करके दिखा सा पिंड एन कि जे कि इतों नदी टुट गई बस पिंड मैं तो कहना नामो निशान मिट जाना इतने तो आ देखो करदा इतने क जितने मैं तीर का निशान जाना भी इधर न कहते नदी इतने तो इतने टुटी तो इतने टुटी हूँ पिछे इतने टुटी हुई थी आ जी दिखाई वीडियो मैं थोड़ा तो इस तो अगर कितने भी इतने टुटती है जो तीर का निशान चल रहा है जो इतने कदम भी टुट गई न नदी ये बस तुम देख लो भी इन्ना नुकसान होगा इधर साढ़े का पिंड जो थोड़ा दिखाऊँगा होर इधर करता मैं तो जेडे साढ़े पिंड इतने लभे नहीं लभने है भी इन्नी मिट्टी भर जानी इतने जिदा मैंने मैंने कहा पहले मैं नौ नौ फुट अठ अठ फुट मिट्टी चढ़ जानी इस साइड में भी इन्ना नुकसान होना साढ़े वाली साइड में पर मर की कृपा ना कदे होया ही नहीं असी तो कहें ना ही होवे तो हूँ तो असं यही कहें भी सरकार अगे करते हैं आम होर थोड़ा अगे ना मैं आह साडा पिंड आ तीन पिंड इकट्ठे माला चलिया भैनी चौंता चार पिंड पांच भाओवाल ठीक है हूँ जुड़े जुड़े इकट्ठे पिंड है कि इधर टुट गए उधर टुट गए बस साढ़े पिंड का हाल बहुत बुरा हो जाना फिर क्या काम तो फिर करता उही काम तो हम असी वीडियो बंद करते हैं धन्यवाद जी थोड़ा मेरा वीडियो देखने वास्ते तो वीडियो में लाइक तो शेयर जरूर कर दौ जे तुम चाहते भी कल मैं थोड़ू इतने की आह देखो भी आह दरिया जितों गया है पानी इतने की वीडियो बनावा मैं तो मैंने जरूर कमेंट करा तो फिर थोड़ा ए साइड का दरिया दिखाऊँ जो दरिया का पानी ना मार कर रहा हूँ तो लो जी एन दरिया के कंडे पर आए असी आह साइड दरिया तो आह साइड साढ़े पिंड है इधरली साइड न तो देख लो सामने दरिया का वो देखो रिश इधर न और ठोकर च बज बज के पानी आ देखो पानी चकरे मंगू घूम रहा हाँ जी आखो पानी किदा घूम रहा देखो ठोकर है जी करती है पत्थर की ठोकर उरे तक मिट्टी की ठोकर लगी हुई थी घूम जा बन दिया पानी कितने घूम रहा कि स्पीड न पानी घूम रहा पानी स्पीड दिखावा देखो सामने बिचे दरख्त रुड़े आ रहा सब कि क्या आ रहा है हाँ जी आखो जो तुम चाहते तो साइड थोड़ा वीडियो बना के दिखा मैं हाँ भी यह दरिया कितने जाए जितने दरिया ने हम पाड़ लाए पिंड वालों वाधा आ रहा है पानी इन्ना पिछों छड़े हूँ साइड से पाड़ पाई हुई है जो तुम चाहते हैं तो थोड़ा आह वीडियो दिखावे आप वीडियो में लाइक शेयर जरूर करो जरूर कमेंट करो।